कांग्रेस जिद्दी हुई दिखाई दे रही है, की कहना चाहोगे? बिल्कुल जी, हिमाचल च लगभग जिहड़ी कि सरकार कांग्रेस पार्टी की बन चुकी है, जो रुझान आ रहे हैं, और मैं हिमाचल के लोगों का धन्यवाद करदा कि जिन्होंने कांग्रेस के हक च फतवा दिता है। और जिहड़ी कि बीजेपी का एक नारा वो लाउंदे सी कि असीं भारत कांग्रेस मुक्त भारत करना है, उन्होंने मैं समझा कि अज मोड़ा पै गया। और जो हिमाचल से अच्छ सरकार बनी है, ये नाल तुसी वेखो पूरे देश दे विच जिहड़ी कांग्रेस पार्टी की लहर बनूगी। पंजाब विच इसका की असर दिखाई देगा? पंजाब तुसी वेखो, आम आदमी पार्टी 92 सीटां जीती सी पंजाब दे विच, और हिमाचल च उन्होंने एक भी सीट नहीं मिली। और ये तुहाडे सामने ही है कि जिहड़ा हिमाचल पंजाब दा हिमाचल ते फर्क पैंदा, क्यों हालात ही पंजाब दे इन्ने माड़े हो गए कि उत्थों दे लोगों नूं पता लग गया कि आम आदमी पार्टी फेल हो चुकी है, इस करके उत्थे एक भी सीट नहीं जीती। हुण कांग्रेस पार्टी दी सरकार उत्थे आई है, तां तुसीं वेखो पंजाब दे विच वी जिहड़े हालात चेंज होणगे और कांग्रेस पार्टी तगड़ी होगी। ਬਾਜੀ ਇੱਕ ਹੋਰ ਗੱਲ ਹੈ ਕਿ ਜਿਹੜੀ ਤੁਹਾਡੀ ਪਿਛਲੀ ਵਾਰੀ ਸਰਕਾਰ ਹਾਰੀ ਹੈ, ਕੀ ਕਾਰਨ ਸੀ ਉਹਦਾ? ਮਤਲਬ ਇੰਨਾ ਕੁਝ ਵਿਕਾਸ ਦੇ ਦਾਅਵੇ ਕਰਨ ਦੇ ਬਾਵਜੂਦ ਸਰਕਾਰ ਕਿਉਂ ਨਹੀਂ? ਲੋਕਾਂ ਨੂੰ ਇਹ ਸੀ ਕਿ ਅਸੀਂ ਬਦਲਾਅ ਲੈ ਕੇ ਆਉਣਾ ਹੈ, ਔਰ ਉਹਨਾਂ ਨੇ ਝੂਠ ਮਾਰੇ, ਜੁਮਲੇਬਾਜ਼ੀ ਕੀਤੀ ਆਮ ਆਦਮੀ ਵਾਲਿਆਂ ਨੇ, ਔਰ ਲੋਕ ਜਿਹੜੇ ਮੈਂ ਸਮਝਦਾ ਕਿ ਉਹਨਾਂ ਦੇ ਝੂਠ ਦੇ ਵਿੱਚ ਆ ਕੇ ਇੱਕ ਬਦਲਾਅ ਲਿਆਂਦਾ, ਔਰ ਉਹ ਤੁਸੀਂ ਹਾਲਾਤ ਅੱਜ ਵੇਖ ਹੀ ਰਹੇ ਹੋ ਪੰਜਾਬ ਦੇ, ਜੋ ਹਾਲਾਤ ਅੱਜ ਬਣ ਚੁੱਕੇ। ਲੋਕ ਬਦਲਾਅ ਲਈ ਕਿਉਂ ਮਜਬੂਰ ਹੋਏ? ਉਹ ਝੂਠ ਮਾਰਦੇ ਸੀ ਆਮ ਆਦਮੀ ਵਾਲੇ, ਉਹ ਉਹਨਾਂ ਨੂੰ ਦਿਖਾਉਂਦੇ ਸੀ ਕਿ ਅਸੀਂ ਪੰਜਾਬ 'ਚ ਇੱਕ ਦਿਨ ਹੀ ਬਦਲ ਦਿਆਂਗੇ, ਪਹਿਲੀ ਕੈਬਨਿਟ ਮੀਟਿੰਗ 'ਚ ਹੀ ਅਸੀਂ ਪੰਜਾਬ ਨੂੰ ਬਦਲ ਦਿਆਂਗੇ, ਔਰ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਕੀ ਜਾਦੂ ਹੈ ਇਹਨਾਂ ਕੋਲ ਕਿ ਇਹ ਬਦਲ ਦੇਣਗੇ, ਪਰ ਅੱਗੋਂ ਨਿਕਲਿਆ ਕੁਛ ਹੋਰ। ਅੱਜ ਪੰਜਾਬ 'ਚ ਰੋਜ਼ ਗੋਲੀ ਚੱਲਦੀ, ਰੋਜ਼ ਲੋਕ ਮਰ ਰਹੇ ਆ, ਉਹ ਤੁਸੀਂ ਸਾਰਾ ਕੁਛ ਜਾਣਦੇ ਹੋ। ਰਾਹੁਲ ਗਾਂਧੀ ਜੀ ਵੱਲੋਂ ਜਿਹੜੀ ਯਾਤਰਾ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ, ਕੀ ਮੰਨਦੇ ਹੋ ਤੁਸੀਂ, ਉਸਦਾ ਵੀ ਕੋਈ ਅਸਰ ਹੈਗਾ ਇਹਨਾਂ ਚੋਣਾਂ 'ਤੇ ਪਿਆ? ਬਿਲਕੁਲ ਜੀ, ਉਹਦਾ ਪੂਰਾ ਅਸਰ ਹੈ। ਉਹ ਕੰਨਿਆ ਕੁਮਾਰੀ ਤੋਂ ਉਹਨਾਂ ਯਾਤਰਾ ਸ਼ੁਰੂ ਕੀਤੀ, ਔਰ ਜੋ ਮੈਂ ਸਮਝਦਾ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ, ਔਰ ਉਹਦੇ ਨਾਲ ਤੁਸੀਂ ਵੇਖੋ ਹਿਮਾਚਲ ਹੁਣ ਜਿੱਤਿਆ ਹੋਣਾ ਗਾ, ਅਸੀਂ ਜਿਹੜੇ ਪੂਰਾ ਦੇਸ਼ ਜਿਹੜਾ ਲੋਕ ਸਭਾ ਇਲੈਕਸ਼ਨ ਆਣਗੇ, ਅਸੀਂ ਉਹਦੀ ਸਰਕਾਰ ਆਪਣੀ ਬਣਾਵਾਂਗੇ। ਗੁਜਰਾਤ ਨੂੰ ਕਿਸ ਤਰ੍ਹਾਂ ਦੇਖ ਰਹੇ? ਗੁਜਰਾਤ ਦੇ ਵਿੱਚ ਵੀ ਅੱਜ ਰਿਜ਼ਲਟ ਆ ਰਹੇ ਨੇ, ਉੱਥੇ ਵੀ ਕਾਂਗਰਸ ਪਾਰਟੀ ਸੀ ਪਰ ਬਹੁਤ ਪਿੱਛੇ ਰਹਿ ਗਈ। ਗੁਜਰਾਤ ਦੇ ਵਿੱਚ ਜਿਹੜਾ ਬੀਜੇਪੀ ਹੈ, ਉਹ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ ਉੱਥੇ ਇਲੈਕਸ਼ਨ ਲੜਦੀ ਹੈ, ਔਰ ਬਾਕੀ ਉਹਨਾਂ ਕੋਲ ED ਹੈ, CBI ਹੈ, ਸਾਰਾ ਉੱਥੇ ਲੋਕਾਂ ਨੂੰ ਦਬਾ ਕੇ ਮੈਂ ਸਮਝਦਾ ਕਿ ਉੱਥੇ ਵੋਟਾਂ ਪਵਾਈਆਂ ਗਈਆਂ, ਇਸ ਕਰਕੇ ਉੱਥੇ ਬੀਜੇਪੀ ਜਿੱਤੀ ਹੈ, ਨਹੀਂ ਤਾਂ ਉੱਥੇ ਵੀ ਕਾਂਗਰਸ ਪਾਰਟੀ ਕੋਈ ਖਤਮ ਨਹੀਂ ਹੋਈ ਜਾਂ ਘੱਟ ਨਹੀਂ, ਕਾਂਗਰਸ ਉੱਥੇ ਵੀ ਤਕੜੀ ਹੈ। ਆਮ ਆਦਮੀ ਪਾਰਟੀ ਨੇ ਵੀ ਥੈਂਕ ਯੂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ